yani. ਅਸਲਾਮ ਵਾਲੇਕੁਮ ਜੀ, ਕਿਆ ਹਾਲ ਚਾਲ ਨੇ? ਤਬੀਅਤ ਸਰ ਠੀਕ ਹੈ, ਉਮੀਦ ਹੈ ਖੈਰ ਖੇਤ ਨਾਲ ਸੋ। ਅਤੇ ਅੱਜ ਦਾ ਮਜ਼ੇਦਾਰ ਅਤੇ ਨਵਾਂ ਵਲੋਗ ਕਰਦੇ ਪਏ ਸ਼ੁਰੂ। ਮੈਂ ਹਾਂ ਬਹਾਦਰ ਸ਼ੇਰ ਸਿੰਘ ਔਰ ਆਪ ਮੇਰਾ ਯੂਟਿਊਬ ਚੈਨਲ ਦੇਖ ਰਹੇ ਬਖਤੂ ਫੈਮਿਲੀ ਵਲੋਗ। ਉਹ ਚੈਨਲ ਨੂੰ ਮਾਰੋ ਛੋਟਾ ਜਿਹਾ ਸਬਸਕ੍ਰਾਈਬ। ਨੰਬਰ ਤੁਹਾਨੂੰ ਦਿਖਾਉਣਾ ਕਿ ਜਿਹੜਾ ਅੱਲਾਹ ਦੇ ਨਾਮ 'ਤੇ ਕਰਨਾ ਨਾ ਲੰਗਰ, ਉਹ ਆ ਗਿਆ ਜੀ। ਚਾਵਲ ਆ ਗਏ ਨੇ 10 ਕਿਲੋ ਪੂਰੇ। ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣਾ, 220 ਰੁਪਏ ਕਿਲੋ ਵਾਲੇ ਇਹ ਦੇਖੋ ਜੀ, ਮਾੜੇ ਜਿਹੇ ਹੈਗੇ ਨੇ। ਫਿਰ 300 ਵਾਲੇ ਵੀ ਲੈ ਲਈਏ, ਲੇਕਿਨ 300 ਲਈ ਗੁੰਜਾਇਸ਼ ਨਹੀਂ ਹੈਗੀ ਸੀ, ਅਤੇ ਇਸ ਵਜ੍ਹਾ ਫਿਰ ਜਾਣਾ ਸੀ ਇਹਨਾਂ 'ਤੇ ਜਿੰਨਾ ਆਪਣਾ ਸਰਕਟ ਜਿੰਨਾ ਚਲਾਇਆ। ਤੁਹਾਨੂੰ ਦਿਖਾਉਣਾ ਵਿੱਚ ਮਸਾਲੇ ਕਿਹੜੇ ਕਿਹੜੇ ਨੇ। ਇੱਕ ਮਿੰਟ ਮੈਂ ਗੰਢ ਖੋਲਣਾ ਜੀ। ਅਤੇ ਆ ਗਿਆ ਮਸਾਲਾ, ਗਰਮ ਜਾਂ ਨਰਮ ਜੋ ਵੀ ਹੈ, ਬਸ ਇਹ ਪਿਆ। ਤੁਹਾਨੂੰ ਦਿਖਾਉਣਾ ਇੱਕ ਵਾਰੀ, ਮੈਂ ਚਾਵਲਾਂ 'ਚ ਗੰਢ ਮਾਰ ਲਵਾਂ। ਮਾਸ਼ਾਅੱਲਾ ਜੀ, ਹੁਣ ਚੈੱਕ ਕਰੋ ਕਿੱਡੇ ਖੂਬਸੂਰਤ, ਇਹ ਬਿਲਕੁਲ ਸੁਪਰੀ ਹੈ। ਲਾਲ ਮਿਰਚ, ਲਾਲ ਮਿਰਚ, ਦੜਾ ਲਾਲ ਮਿਰਚ, ਇਹ ਜੀ ਆ ਗਈ ਬਿਰਿਆਨੀ ਮਸਾਲਾ, ਬਿਰਿਆਨੀ ਮਾਸ਼ਾਅੱਲਾ। ਚੈੱਕ ਕਰੋ ਇਹ ਆਈ ਕਿੰਨੇ ਦੀ ਹੈ, 120 ਰੁਪਏ ਦੀ। ਇੱਥੇ ਰੱਖਣੇ ਆ ਬਕਾਇਆ, ਫਿਰ ਚੱਕਣੇ ਹੈਗੇ ਆ। ਇੱਕ ਜੀ ਆਪ ਜੀ ਨਮਕ ਦੀ ਥੈਲੀ, ਆਮ ਨਮਕ, ਇਹ ਵੀ ਇੱਥੇ ਆ ਗਿਆ ਜੀ। ਔਰ ਉਸ ਤੋਂ ਬਾਅਦ ਚਾਈਨੀਜ਼ ਨਮਕ 10 ਰੁਪਏ ਦੀ। ਇੱਧਰ ਜੀ ਆ ਗਿਆ ਹੈ ਘੀ 2 ਕਿਲੋ ਤਕਰੀਬਨ, ਅੱਧਾ ਅੱਧਾ ਕਿਲੋ ਵਾਲੇ 4 ਪੈਕਟ ਨੇ। ਇਹ ਜੀ ਆ ਗਿਆ ਬਿਰਿਆਨੀ ਰੰਗ, ਜਿਸ ਤਰੀਕੇ ਨਾਲ ਜ਼ਰਦਨ ਰੰਗ ਲਾਇਆ ਜਾਂਦਾ ਉਸ ਤਰੀਕੇ ਨਾਲ ਬਿਰਿਆਨੀ ਰੰਗ ਲਾਇਆ ਜਾਂਦਾ। ਆ ਗਏ ਨੇ 2 ਕਿਲੋ ਪਿਆਜ਼। ਚੀਜ਼ ਫਰਿੱਜ 'ਚ ਰੱਖਣ ਵਾਲੀ ਸੀ ਨਾ, ਉਹ ਫਰਿੱਜ ਰੱਖਤੀ। ਅਦਗਰ ਗੋਸ਼ਤ, ਥੱਲੇ ਜੀ ਆ ਗਏ ਮਿਰਚਾਂ ਔਰ ਥੱਲੇ ਟਮਾਟਰ ਪਏ ਨੇ। ਇਹ ਚੱਕਣੇ ਬੂੰਦੀ ਤਾਂ ਖਾਂਦੇ ਹਾਂ, ਕਿਉਂ ਬਖਤੂ ਭੁੱਖ ਨਾ ਮਰਨਾ, ਬੂੰਦੀਆਂ ਖਾ। ਬਸ ਜੀ ਦੁਆ ਇਹ ਹੋਇਆ ਹੈ ਕਿ ਅੱਲਾਹ ਤਾਲਾ ਕਬੂਲ ਕਰੇ ਔਰ ਜਲਦੀ ਜਲਦੀ ਜਾਣਾ ਨਾਈ ਆ ਜਾਵੇ। ਨਾਈ ਜਲਦੀ ਜਲਦੀ ਆਇਆ ਨਾ ਤਾਂ ਕੰਮ ਤਾਂ ਚੱਲਣਾ ਜੀ, ਉਹ ਨਾ ਆਇਆ ਤਾਂ ਕੰਮ ਜਿਹੜਾ ਨਹੀਂ ਚੱਲਣਾ। ਕਿਉਂ ਮਾਂ ਜੀ, ਨਾਈ ਤਾਂ ਪਹਿਲਾਂ ਜਾਣਾ, ਮੈਨੂੰ ਕਿਹਾ ਵੀ ਜਾਗ ਜੁਗ ਕੋਈ ਖੁਸ਼ੀ ਕਰ, ਲੇਕਿਨ ਅੰਮਾ ਜਿਹਨਾਂ ਸੌਂ ਗਈ। ਉਹ ਕਹਿੰਦੀ ਪੁੱਤਰ ਮੈਂ ਜਾਗਣਾ ਜੁਗਰਾ ਕੋਈ, ਮੈਂ ਸੁੱਤੀ ਪਈ ਹਾਂ, ਬਸ ਮੈਂ ਸੋਣਾ, ਮੇਰਾ ਕੰਮ ਜਿਹੜਾ ਸੋਣਾ ਮੈਂ ਸੋਣਾ ਜੀ। ਠੀਕ ਹੈ ਮਾਂ ਜੀ, ਤੁਸੀਂ ਸੌਂ ਜਾਓ, ਸਾਡਾ ਜਿੰਨਾ ਕੰਮ ਖੋਲੀ 4 ਵਜੇ ਤੱਕ ਪਹਿਲੇ ਕੰਮ ਖੋਲੋ। ਚਾਵਲਾਂ ਨੂੰ ਜੀ ਨਾ ਪਹਿਲੇ ਜਿੰਨਾ ਦੁੱਕੀ ਹੈ ਨਾ, ਉਹ ਕੱਢਣ ਲਈ ਨਾ ਪਹਿਲੇ ਚਾਹੀਦਾ ਸੀ ਟੱਪ, ਅਤੇ ਅੰਮੀ ਜਾਨ ਜਿਹੜਾ ਟੱਪ ਮੰਗ ਕੇ ਲਿਆਈ ਗੁਆਂਢੀਆਂ ਨੂੰ, ਉਹਨਾਂ ਦੇ ਦਾਜ ਦਾ ਟੱਪ ਹੈ। ਇਹ ਜਿਹੜਾ ਹੌਲੀ ਹੌਲੀ ਇਹ ਜਿਹੜਾ ਬੜਾ ਪਿਆਰ ਨਾਲ ਜਿਹੜਾ ਇਸਤੇਮਾਲ ਕਰਨਾ, ਇਹਦੇ ਨਾਲ ਜੇ ਇਜ਼ਹਾਰ ਕੀਤਾ ਨਾ ਤਾਂ ਇਹ ਸਾਨੂੰ ਪੱਕੀ ਪਵੇਗਾ, ਕਿਉਂਕਿ ਇਹ ਜਿਹੜੀ ਚੀਜ਼ ਹੈ ਨਾ ਉਹ ਨਵੀਂ ਹੋਵੇ ਨਾ ਅਤੇ ਉਹਦਾ ਜਿਹੜਾ ਫਿਰ ਗੱਲ ਇੱਕ ਹੋਰ ਹਿਸਾਬ ਦੀ ਬਣ ਜਾਂਦੀ ਹੈ। ਆਓ ਜੀ ਬੂੰਦੀ ਖਾਣਾ ਚਾਹੁੰਦੇ ਹੋ ਤਾਂ ਆਓ ਮਿਲ ਕੇ ਖਾਂਦੇ ਹਾਂ, ਇਕੱਠੇ ਖਾਂਦੇ ਹਾਂ, ਮੈਂ ਤਾਂ ਖਾ ਹੀ ਰਿਹਾ।
ਸਾਰੇ ਇੰਤਜ਼ਾਮਾਤ ਕਰਕੇ ਫਾਰਿਗ ਹੋ ਕੇ ਬੈਠੇ ਹਾਂ ਸਿਰਫ ਔਰ ਸਿਰਫ ਨਾਈ ਦੇ ਇੰਤਜ਼ਾਰ ਵਿੱਚ। ਅਤੇ ਨਾਈ ਆ ਜਾਂਦਾ ਅਤੇ ਉਸ ਤੋਂ ਬਾਅਦ ਫਿਰ ਅੰਮੀ ਪਕਾਵੇਗੀ ਡੇਗ ਇਕੱਲੀ ਜਾਣੀ ਹੈ ਪਕਾਉਣੀ ਨਾਈ ਨੇ ਫਿਰ ਨਾ ਅੰਮੀ ਫਿਰ ਸੇ ਬਾਰਿਸ਼ਾਂ ਨੇ ਕਾ ਇਨਕਾਰ ਹੋ ਗਿਆ ਅੱਜ ਡਰ ਲੱਗਦਾ ਪਿਆ ਦੁਆ ਮੰਗਦਾ ਪਿਆ ਕਿ ਜਲ ਜਲ ਜਿਹੜਾ ਨਾ ਨਾਈ ਆ ਜਾਵੇ ਡੇਗ ਪੱਕ ਜਾਵੇ ਅਗਰ ਜੇ ਬਾਰਿਸ਼ ਪੈ ਗਈ ਨਾ ਤਾਂ ਸਾਰਾ ਜਿਹੜਾ ਨਾ ਪਲੈਨ ਤਬਾਹ ਹੋ ਜਾਣਾ। ਡੇਗ ਦੇ ਲਈ ਨਾ ਚੁੱਲ੍ਹਾ ਬਣਾਉਣਾ ਸੀ ਲੇਕਿਨ ਅੰਮੀ ਨੇ ਕਿਹਾ ਵੀ ਜ਼ਮੀਨ 'ਚ ਰਹਿਣ ਦੇ ਇੱਟਾਂ ਜਿਹੜਾ ਚੁੱਲ੍ਹਾ ਨਾ ਉਹ ਲਾ ਦੇਣ ਬਣਾ ਲਈ ਠੀਕ ਹੈ ਮਾਂ ਜੀ। ਉਹ ਤਾਂ ਫਿਰ ਜਿੰਨਾ ਉਹ ਨਾਈ ਆਇਆ ਤਾਂ ਉਹਨੇ ਜਿਹੜਾ ਡਿਪੈਂਡ ਕਰੇਗਾ ਜੋ ਵੀ ਉਹਨੇ ਫਿਰ ਆਉਂਦਰ ਮਛਲਾ ਕਿਉਂਕਿ ਸਾਨੂੰ ਤਾਂ ਇਹਦਾ ਕਰਨਾ ਮਾਲੂਮ ਨਹੀਂ ਵੀ ਇਹ ਕਿਸ ਤਰੀਕੇ ਨਾਲ ਹੋਣਾ ਇਹ ਤਕਰੀਬਨ ਪਹਿਲੀ ਵਾਰ ਜਿਹੜਾ ਜ਼ਿੰਦਗੀ 'ਚ ਇਹ ਕੰਮ ਜਿਹੜਾ ਕਰ। ਹਾਂਜੀ ਤਾਂ ਨਾਈ ਜਿੰਨਾ ਤਸ਼ਰੀਫ ਲੈ ਆਇਆ ਪਰਸੋਂ ਪਹਿਲਾਂ ਦਿੱਕਤ ਨਹੀਂ ਬਣੀ ਆਉਣ 'ਚ ਚਲੋ ਜੀ ਦਰਵਾਜ਼ਾ ਖੋਲੀਏ ਕਿ ਇੱਥੇ ਹੀ ਖੜਾ ਰਹੇ ਚਲੋ ਜੀ ਕਿਸੇ ਮੈਂ ਡੇਗ ਪਕਾ ਕੇ ਆਇਆ ਪਰ ਤੁਸੀਂ ਜਿਹੜੇ 4 ਰੁਪਏ ਉਹ ਨਿਕਾਲ ਲਓ ਤਕਰੀਬਨ ਇਹ 4 ਰੁਪਏ ਤਾਂ ਜਿਹੜਾ ਨਾਈ ਤਾਂ ਕੰਮ ਆਉਣੀ ਹੈ ਕਹਿ ਜਾਣੀ ਇੱਥੇ ਬਹਿਣ ਲਈ ਅੰਮੀ ਜਾਣ ਵਾਸਤੇ ਨਾ ਨਹੀਂ 4 ਰੁਪਏ ਕੱਢਣੇ ਪੈਣੇ। ਇਹ ਜੀ ਪਰਾਤ ਆ ਗਈ ਪਰਾਤ ਕੀ ਕੱਟਣਾ ਆਲੂ ਹਾਂ ਆਲੂ ਯਾਨੀ ਕਿ ਜੋ ਵੀ ਕਿਹੜੀ ਚੀਜ਼ ਲੈਂਦੀ ਨਾ ਉਹ ਲੈ ਆਓ ਆ ਪਈ ਆ ਪਈ ਛੁਰੀ ਹੋਰ ਇਹਨੇ ਲੱਗ ਜਾਓ ਛਿੱਲੇ ਤੁਕਲੇ ਵੀ ਜਾਣਾ ਚਾਹੁੰਦੇ ਹਾਂ ਦੋਨੋਂ ਪਾਸੇ ਜਿਹਨਾਂ ਇੱਕ ਲੱਕੜ ਲਾ ਦਿੱਤੀ ਹੈ ਦੋ ਕੰਮ ਚਲਾਵਣਾ ਤੇਰੇ ਕੰਮ ਪੁੱਠੇ ਨੇ ਇਹ ਵੀ ਲਾਵਣੀਆਂ ਹੈਗੀਆਂ ਨੇ ਉਹ ਵੀ ਲਾ ਦੇ ਇਹ ਟੁਕੜੇ ਲਾ ਦੇ ਉੱਤੇ ਮੋੜਾ ਲਾ ਲਵੀਂ ਪਹਿਲੇ ਉਹ ਟੁਕੜੇ ਪਹੁੰਚਾ ਲਓ ਕਿੰਨੇ ਟਾਈਮ ਤੱਕ ਯਾਨੀ ਕਿ ਥੱਲੋਂ ਸਾਫ਼ ਹੋ ਗਈ ਹੈ ਲੇਕਿਨ ਜਿਹੜਾ ਲੈਮ ਉਹ ਰਹਿੰਦੀ ਅਜੇ ਤਾਈਂ ਚੱਕੋ ਜੀ ਬਿਸਮਿਲਲਾ ਜੀ ਤੇ ਪਿਆਜ਼ ਇਹਨਾਂ ਐਡ ਕੀਤੇ ਗਏ ਨੇ ਪਹਿਲੇ ਹੀ ਘੀ ਵੀ
ਇਹ ਅੱਜ ਇੱਕ ਪਤਾ ਨਹੀਂ ਕੀ ਬੋਲਾਂਗਾ ਕਿਲੋ ਕਿਲੋ ਵਾਲਾ ਓਏ ਗੰਦਾ ਹੀ ਅੱਧੇ ਅੱਧੇ ਕਿਲੋ ਵਾਲਾ ਜੀ ਉਹਨੂੰ ਆਖਿਆ ਵੀ ਇਹ ਪਰ ਉਸ ਕੋ ਨਹੀਂ ਕੀਤਾ ਨਹੀਂ ਕੋਈ ਨਹੀਂ ਪਾਉਂਦਾ ਵੇਖੇ ਅਲਹਮਦੁਲਿਲਾ ਜਿਹੜੇ ਪਿਆਜ਼ ਦੇ ਨਾਲ ਤਿਆਰ ਹੋ ਗਏ ਨੇ ਅੱਜ ਤੱਕ ਜੀ ਨਾ ਬਿਲਕੁਲ ਬਰਾਊਨ ਬਰਾਊਨ ਹੋ ਗਏ ਲਓ ਜੀ ਖਾ ਲਾ ਮਸਾਲਾ ਸੀ ਜਿਹੜਾ ਉਹ ਕੱਵਾ ਜਿੰਨਾ ਚਾ ਕੇ ਚਲਾ ਗਿਆ ਅਤੇ ਗਲਤੀ ਸਾਡੇ ਰਾਜੇ ਦੀ ਸੀ ਹੋਰ ਬੰਦੇ ਦੀ ਗਲਤੀ ਵੀ ਕੋਈ ਹੈਗੀ ਯਾਰ ਕੁਛ ਕਰ ਤਾਂ ਲਿਆ ਕੁਛ ਜਾਣ ਕਰਿਆ ਮੈਨੂੰ 120 ਰੁਪਏ ਜਿੰਨਾ ਡਬਲ ਪੈ ਗਏ ਨੇ ਅਲਹਮਦੁਲਿਲਾ ਜੀ ਇੰਨਾ ਤੁਸੀਂ ਠੀਕ ਸਕਦੇ ਨੇ ਖਦਾ ਦਾ ਨਾਂ ਜੇ ਹੁਣ ਟਲ ਜਾਓ ਹਾਂਜੀ ਤੁਸੀਂ ਕੀ ਕਰਨੀ ਹੈਗੀ ਨੇ ਅੱਲਾ ਨੇ ਕਸ਼ਮੋਲ ਤਾਂ ਅੱਲਾ ਕਸ਼ਮੋਲ ਕਿਲੋ ਪਾ ਲੈਂਦਾ ਹੁਣ ਇੱਕ ਹੋ ਗਈ ਐਸਟੀਮੇਟ ਜਿਹੜਾ ਲਾਉਂਦੇ ਆ ਵੀ ਕਿੰਨਾ ਕੁ ਪਾਣੀ ਲੱਗਦਾ ਅੱਜ ਚਾਵਲਾਂ 'ਚ ਹੈਂ ਲਾਓ ਹੈ 15 ਕਿਲੋ ਪੂਰਾ ਠੀਕ ਹੈ ਲਾ ਦਿਓ ਫਿਰ ਜੇ ਤੁਹਾਡੀ ਮਰਜ਼ੀ ਨਹੀਂ
ਆਲੂ ਗੋਸ਼ਤ ਕੰਟੈਂਟ ਬਣ ਗਿਆ ਅਰਸ਼ਾ ਵੀ ਚੱਲ ਲਓ ਜੀ ਥੱਲੇ ਘਰ ਕੋਈ ਨਹੀਂ ਆਉਣੇ ਥੱਲੇ ਕੋਈ ਨਹੀਂ ਘਰ ਲਾਉਣੇ ਅੱਛਾ ਹੁਣ ਤੂੰ ਨਾ ਘਰ ਉੱਤੇ ਰੱਖ ਸਕਦੇ ਹਾਂ ਬਸ ਦਮ ਆ ਗਿਆ ਅਲਹਮਦੁਲਿਲਾ ਜੀ ਔਰ ਜੀ ਨਾ ਇਹਨੂੰ ਵੀ 25 ਮਿੰਟ ਲਈ ਨਾ ਛੱਡ ਦਿੱਤਾ ਜਾਵੇਗਾ ਇੱਧਰ ਚਲੋ ਜੀ ਔਰ ਜੀ ਮੈਂ ਜਾਂਦਾ ਲਾਈਟ ਵਾਲੇ ਯਾਨੀ ਕਿ ਇਲੈਕਟ੍ਰੀਸ਼ਨ ਵਾਲੇ ਅਤੇ ਉਹਨੂੰ ਕਹਿੰਦਾ ਵੀ ਆ ਕਹਿੰਦਾ ਲਾਈਟ ਠੀਕ ਕਰ ਰਾਤੀ ਰਾਤੀ ਤਾਂ ਅਸੀਂ ਮੱਛਰ ਸਾਰਾ ਠੀਕ ਜਾਣਾ ਜਾਂਦਾ ਅਲਹਮਦੁਲਿਲਾ ਜੀ ਇਲੈਕਟ੍ਰੀਸ਼ਨ ਵਾਲੇ ਨਾ ਚੱਲ ਪਿਆ ਤਕਰੀਬਨ ਦੂਸਰੇ ਪੇੜੇ ਜਾਂਦਾ ਲੱਭ ਜਾਣਾ ਮੈਨੂੰ ਅੱਲਾਹ ਖੈਰ ਕਰੇ ਬਸ ਘਰ ਹੀ ਹੋਵੇ ਉਮੀਦ ਤਾਂ ਹੋਈ ਹੈ ਘਰ ਹੀ ਹੋਵੇਗਾ ਇਨਸ਼ਾਅੱਲਾ ਅਗਰ ਜੇ ਘਰ ਨਾ ਹੋਇਆ ਤਾਂ ਫਿਰ ਜਾਂਦਾ ਸਰ ਰਾਤ ਮੁਸੀਬਤ ਲੰਘਣੀ ਹੈ ਹਾਂਜੀ ਇੱਕ ਬਟਨ ਹੋ ਗਿਆ ਇੱਕ ਹੀ ਕੱਟ ਦਿਓ ਬੋਰਡ ਚਲਾਉਣਾ ਨਾ ਹਾਂ ਯਾਨੀ ਕਿ ਇਹ ਬੋਰਡ ਵਾਲਾ ਬਟਨ ਹੈ ਹਾਂਜੀ ਹੋ ਜੀ ਚਲੋ ਅਤੇ ਇੱਕ ਮੋਰਿਆਂ ਵਾਲਾ ਹਾਂਜੀ ਹਾਂਜੀ ਆ ਬਸ ਇਹ ਬੋਰਡ ਵਾਲੇ ਹਾਂਜੀ ਬਸ ਇਹ ਦੋਨੋਂ ਬਸ ਲੈ ਠੀਕ ਹੈ 80 ਰੁਪਏ ਦਾ 80 ਰੁਪਇਆ ਹਾਂ 40 ਰੁਪਏ ਤੇਰੀ ਤੇ ਬੋਹਣਾ ਜਿਹੜੇ ਚੂਹੇ ਦੌੜਦੇ ਪਏ ਨੇ ਅਜੇ 5 ਮਿੰਟ ਅੱਗੇ 400 ਮਿੰਟ ਲਾ ਦਿੱਤਾ ਹੈ ਤਕਰੀਬਨ 2 ਘੰਟੇ ਹੋ ਗਏ ਯਾਰ 10 ਮਹੀਨੇ ਜੇ ਦਿਲ ਦੀ ਗੱਲ ਯਾਰ ਭੁੱਖ ਲੱਗ ਪਈ ਹੁਣ ਤਾਂ ਬਸ 5 ਮਿੰਟ ਅੱਛਾ ਚਲੋ 5 ਮਿੰਟਾਂ 'ਚ ਨਾ ਅਲਹਮਦੁਲਿਲਾ ਤਿਆਰ ਹੋ ਜਾਵੇਗੀ ਠੀਕ ਹੈ ਦੇ ਮੁੰਤਜ਼ਰ ਬੈਠੇ ਨੇ ਇਹਨਾਂ ਚਾਵਲਾਂ ਲਈ ਵੇਖ ਲੈ ਤੁਸੀਂ ਅਜੇ ਲੇਟ ਕਰਦੇ ਪਿਓ ਕੋਈ ਲੇਟ ਨਹੀਂ 5-4 ਮਿੰਟ ਚਲੋ ਠੀਕ ਹੈ ਇਹਨੂੰ ਬੁਰਕਦੇ ਹੋ ਚਲੋ ਕੋਈ ਨਹੀਂ ਅਤੇ ਫਿਰ ਵੀ ਜਾਂਦਾ ਯਾਨੀ ਕਿ ਇਹਨੂੰ ਪਾਣੀ ਸਿੱਟਿਆ ਬੁਰਕਿਆ ਲੇਕਿਨ ਇਹਨੇ ਜਿਹਨਾਂ ਅਜੇ ਤੱਕ ਵੀ ਜਿਹਨਾਂ ਇਹਦੇ ਧੂੰਆਂ ਨਿਕਲ ਰਿਹਾ ਇਹਨੇ ਜਿਹਨਾਂ ਵਿੱਚੋਂ ਵਿੱਚੋਂ ਜਲਣਾ ਹੀ ਹੈ ਕਿਉਂਕਿ ਇਹਨੇ ਜਿਹਨਾਂ ਵਿੱਚੋਂ ਅੱਗ ਲੱਗ ਗਈ 25-30 ਮਿੰਟ ਜਿਹਨਾਂ ਇੰਤਜ਼ਾਰ ਕੀਤਾ ਅਤੇ ਹੁਣ ਜਿਹੜੇ ਇੰਤਜ਼ਾਰ ਦੀ ਗੜੀਆਂ ਨਾ ਬਿਲਕੁਲ ਖਤਮ ਹੋ ਗਈਆਂ ਨੇ ਦਮ ਟੁੱਟਿਆ ਗਿਆ ਹੁਣ ਵੇਖਦੇ ਹਾਂ ਕਿ ਬਿਰਿਆਨੀ ਯਾਨੀ ਕਿ ਬਿਰਿਆਨੀ ਦਾ ਰੰਗ ਕਿੰਨੇ ਕੁ ਚਿਰ ਤੀਕਰ ਚੱਲਦਾ ਹੈ ਆਹ ਕੌਲੀ ਲਿਆ ਦਿਓ ਜਲਦੀ ਕਰੋ ਲੇਟ ਨਾ ਕੀਤੀ ਕਰੋ ਇੱਕ ਮਿੰਟ ਗਰਮੀ ਬੜੀ ਲੱਗੀ ਖਾਲੀ ਹੈਂ ਟੀਟੂ ਮੀਟੂ ਕੀ ਕਰਦਾ ਫਿਰਨਾ ਪਾ ਦੇਗਾ ਸਾਰਾ ਇੱਕ ਮਿੰਟ ਉਹ ਲਾਲ ਲਾਲ ਹੋ ਜਾਵੇਗੀ ਨਾ ਮਾਸ਼ਾਅੱਲਾ ਯਾਰ ਚਾਵਲਾਂ ਦੇ ਨਾਲ ਬਹੁਤ ਅੱਛਾ ਆ ਰਿਹਾ ਲੇਕਿਨ ਜਦੋਂ ਖਾਣ ਲੱਗੇਗਾ ਨਾ ਉਦੋਂ ਪਤਾ ਲੱਗੇਗਾ ਵੀ ਇਹਦੇ ਕਲਰ ਜੇ ਨਾ ਯਾਨੀ ਕਿ ਜ਼ਾਇਕਾ ਵੀ ਅੱਛਾ ਹੈ ਜਾਂ ਨਹੀਂ ਹੈ ਮਾਸ਼ਾਅੱਲਾ ਹੋਰ ਤਿਲੇ ਨਾਲ ਇਹ ਕੰਮ ਸਹੀ ਹੈ ਕਿਉਂਕਿ ਦੇਸੀ ਜਿਹਾ ਨਾ ਹੀ ਹੈ ਸਾਡਾ ਲਾ ਦੇ ਲਾ ਦੇ ਸ਼ਾਬਾਸ਼ ਲੱਗ ਜਾਓ ਆਪਣੇ ਕੰਮ 'ਤੇ
ਹੋ ਗਏ ਥੋੜੇ ਸਕਾਫ ਹੈ ਚੈੱਕ ਤਾਂ ਕਰੀਏ ਮਾਸ਼ਾ ਅੱਲਾ ਜੀ ਪਹਿਲਾਂ ਵਾਲਾ ਇੱਥੇ ਖਲੋ ਕੇ ਲਾਉਂਦੇ ਹਾਂ ਕਮਾਲ ਬਣੇ ਖਾਓ ਖਾਓ ਚਾਵਲ ਖਾ ਚਾਵਲ ਖਾ ਕੁਛ ਨਹੀਂ ਹੁੰਦਾ ਅਸਲਾਮ ਵਾਲੇਕੁਮ ਮੇਰੇ ਸੋਹਣੇ ਧੀਆਂ ਪੁੱਤਰ ਠੀਕ ਹਨ ਖੁਸ਼ ਹਨ ਜਿੱਥੇ ਰਹਿਣ ਖਰੀਅਤ ਰਹਿਣ ਆਬਾਦ ਰਹਿਣ ਖੁਸ਼ ਰਹਿਣ ਹੱਸਦੇ ਰਹਿਣ ਮੁਸਕਰਾਉਂਦੇ ਰਹਿਣ ਮੇਰੀਆਂ ਦੁਆਵਾਂ ਮੇਰੇ ਧੀਆਂ ਪੁੱਤਰਾਂ ਦੇ ਨਾਲ ਨਾਲ ਅਲਹਮਦੁਲਿਲਾ ਹੈ ਕਿ ਜੋ ਮੈਂ ਪੁੱਜੀ ਸਰੀਆਂ ਥੋੜ੍ਹਾ ਜਿਹਾ ਲੰਗਰ ਕੀਤਾ ਹੈ ਅਤੇ ਅੱਲਾਹ ਆਪਦੀ ਬਾਰਗਾਹ 'ਚ ਮਨਜ਼ੂਰ ਕਰੇ ਅਤੇ ਅੱਲਾਹ ਪਾਕ ਰਾਜ਼ੀ ਹੋਵੇ ਮੁੜ ਜਿੰਨੀ ਕੁ ਪਾਵਰ ਓਨਾ ਹੀ ਕਰਨਾ ਜੇ ਲੰਗਰ ਤਕਸੀਮ ਕਰ ਲਿਆ ਹੈ ਪਿੰਡ 'ਚ ਵੀ ਤਕਸੀਮ ਕਰ ਲਿਆ ਹੈ ਅਤੇ ਜਿਹੜਾ ਛੋਟਿਆਂ ਛੋਟਿਆਂ ਬੱਚਿਆਂ ਨੂੰ ਵੀ ਤਕਸੀਮ ਕਰ ਲਿਆ ਬਿਆਦਰੀ ਨੂੰ ਵੀ ਤਕਸੀਮ ਕਰ ਲਿਆ ਅਤੇ ਲਾਈਟ ਸਾਡੀ ਹੋ ਗਈ ਖਰਾਬ ਅਤੇ ਅਸੀਂ ਅੱਜ ਬੜੀ ਗਰਮੀ ਦੇ ਵਿੱਚ ਬੈਠੇ ਹਾਂ ਅਤੇ ਬਹੁਤ ਮੁੜਕਾ ਚੱਲ ਰਿਹਾ ਹੈ ਇੱਥੇ ਜੀ ਵੀਡੀਓ ਦਾ ਕਰਨਾ ਐਂਡ ਸਵੇਰੇ ਇਨਸ਼ਾਅੱਲਾ ਜ਼ਿੰਦਗੀ ਰਹੀ ਕਿਸੇ ਅੱਛੀ ਅੱਛੀ ਵੀਡੀਓ ਨਾਲ ਧੀਆਂ ਪੁੱਤਰਾਂ ਨਾਲ ਮੁਲਾਕਾਤ ਹੋਵੇ ਜੀ।